कर लो जी दर्शन, तो काफ़ी संगत हुम हुम आ के इतने पहुंचिया हुई ने। तो सोमवार एतवार को ज़्यादा इकट्ठ होंगे, वैसे तो रोज़ ही इन्ना इकट्ठ होंगे बाबा जी दसदे ने। सत श्री अकाल दोस्तों, असं अज अड़ीसर साहब गुरद्वारा साहब चले हाँ, तो थानू भी कराने दर्शन। मैकडोनल तो थोड़ा जि अगे जाके लैफ्ट साइड में गेट बनया है, तो आ मैकडोनल आ गया, इस तो आप लैफ्ट साइड तक मुड़ जाना। जिहड़ा रोड तुसी जा रहे हो बठिंडा इतों 50-55 किलोमीटर दूर है, इतों ही आप गेट तुसी लैफ्ट साइड मुड़ जाना, बोर्ड लग्या छोटा बोर्ड लग्या। ऐसे पिछे भी बस स्टैंड ते एक मुड़दा सी, पर असी रोड दूजा आए हैं, वह भी थोनों वापसी ते दिखा देंगे। गुरुद्वारा साहब का बोर्ड इतों आप खब्बे हथ मुड़ जाना, तो अगे आ गेट दिखाने थोनों। जो आप मुड़ते हैं उत्थे गेट लग्या होया, पिछे तुसी देख ही लिया, वो मैकडोनल तो थोड़ा जिहा अगे आ के लैफ्ट मुड़दा है। अगे थोनों दिखाने गुरुद्वारा साहब किधरले पासे आ। ਆਟੋਆਂ 'ਚ ਵੀ ਕਾਫ਼ੀ ਲੋਕ ਆਉਂਦੇ ਆ, ਮੈਂ ਆਟੋ ਵਾਲੇ ਨਾਲ ਗੱਲ ਕਰਾਊਂਗਾ ਕਿਹੜਾ ਅੱਡਾ ਤੁਹਾਨੂੰ ਨੇੜੇ ਆ ਜੇ ਕਿਸੇ ਨੇ ਬੱਸ 'ਚ ਆਉਣਾ ਹੋਇਆ। ਅਤੇ ਇੱਥੋਂ ਹੁਣ ਪਿੰਡ ਦੇ ਬਾਹਰ ਬਾਹਰ ਰਾਈਟ ਪਾਸੇ ਆ ਗੁਰਦੁਆਰਾ ਸਾਹਿਬ, ਅਤੇ ਆਟੋ ਵਾਲੇ ਨਾਲ ਉੱਥੇ ਜਾ ਕੇ ਗੱਲ ਕਰਾਉਣਾ ਤੁਹਾਡੀ, ਕਿਹੜਾ ਬੱਸ ਸਟੈਂਡ ਮੇਨ ਨੇੜੇ ਪੈਂਦਾ। ਅਤੇ ਇੱਕ ਰਸਤਾ ਉੱਧਰੋਂ ਵੀ ਆਉਂਦਾ, ਇਹ ਵੀ ਕਿਸੇ ਪਾਸੇ ਸ਼ਹਿਰ ਤੋਂ ਹੀ ਨਾਲ ਲਿੰਕ ਕਰਦਾ ਹੋਣਾ, ਮੈਂ ਤੁਹਾਨੂੰ ਦੱਸਦਾ ਕਿਹੜਾ ਰਸਤਾ ਹੈ। ਪਾਤਸ਼ਾਹ ਜੀ ਨੌਵੀਂ ਗੁਰਦੁਆਰਾ ਅੜੀਸਰ ਸਾਹਿਬ ਜੀ, ਦੇਖੋ ਕਿੰਨਾ ਰਸ਼ ਹੈ, ਕਾਫੀ ਦੁਨੀਆ ਆਉਂਦੀ ਹੈ ਇੱਥੋਂ ਸਵੇਰ ਤੇ ਸਾਜਰੇ ਤੇ ਦੁਨੀਆ ਆਉਣ ਲੱਗ ਜਾਂਦੀ ਹੈ। ਕੱਲ ਨੂੰ ਐਤਵਾਰ ਹੈ ਤੇ ਕੱਲ ਨੂੰ ਹੋਰ ਵੀ ਰਸ਼ ਹੋਊਗਾ। ਉੱਥੇ ਜਾਣ ਨੂੰ ਮਾਤਾ ਕੋਈ ਅੱਗੇ ਗੱਡੀ ਜਾ ਵੜੂਗੀ ਪਾਰਕ ਚ, ਹਾਂ ਜੀ ਜਾਈ ਜਾਂਦੀ ਹੈ ਮਾਂ ਦੁਨੀਆ। ਕਾਫੀ ਸੰਗਤ ਆਈ ਹੋਈ ਹੈ, ਦੁਕਾਨਾਂ ਲੱਗੀਆਂ, ਇਹ ਦੋ ਲੱਡੂਆਂ ਡੱਬੇ ਇੱਥੋਂ ਅਸੀਂ ਲੈ ਲਿਆ, ਤੇ ਰੁਮਾਲਾ ਸਾਹਿਬ ਤੇ ਜਹਾਜ਼ ਅੰਕਲ ਜੀ ਜਹਾਜ਼ ਵੀ ਲਈ ਖੜੇ ਆ, ਜੇ ਕਿਸੇ ਨੇ ਜੇ ਬਾਹਰ ਜਾਣਾ ਤਾਂ ਇੱਥੇ ਜਹਾਜ਼ ਵੀ ਚੜਾ ਸਕਦਾ। ਸਾਡੇ ਬੀਬੀ ਉਹਨਾਂ ਦੀਆਂ ਸੁੱਖਾਂ ਪਰ ਆਈਆਂ ਇੱਥੇ ਬੀਬੀਆਂ ਦੀਆਂ, ਤੇ ਇਹ ਮੈਨੂੰ ਲੈ ਕੇ ਆਈਆਂ ਹੁਣ। ਕਾਫੀ ਸਵੇਰ ਦੇ ਅਸੀਂ ਚੱਲੇ ਹੋਏ ਹਾਂ, ਟਾਈਮ ਆਪਾਂ ਨੂੰ ਕਾਫੀ ਲੱਗ ਗਿਆ ਆਉਣ, ਅਤੇ ਅਸੀਂ ਹੁਣ ਇੱਥੇ ਪਹੁੰਚ ਗਏ ਹਾਂ। ਜੇ ਕਿਸੇ ਨੂੰ GPS ਦੀ ਲੋਕੇਸ਼ਨ ਨਹੀਂ ਲਾਉਣੀ ਆਉਂਦੀ, ਉਹ ਅਲੱਗ ਗੱਲ ਹੈ, ਜੇ ਲਾਉਣੀ ਆਉਂਦੀ ਹੈ ਤਾਂ ਸਿਰੇ ਲੈ ਆਉਂਦੀ ਹੈ ਲੋਕੇਸ਼ਨ, ਮੈਂ ਵਿੱਚ ਪਾ ਵੀ ਦਊਂਗਾ। ਪਰ ਜੇ GPS ਤੁਸੀਂ ਲਾ ਕੇ ਆਉਂਦੇ ਹੋ, ਲੋਕੇਸ਼ਨ ਸਿੱਧੀ ਤੁਹਾਨੂੰ ਗੁਰਦੁਆਰਾ ਸਾਹਿਬ ਲੈ ਆਉਂਦੀ ਹੈ, ਕਿਤੇ ਤੁਹਾਨੂੰ ਪੁੱਛਣ ਦੀ ਲੋੜ ਨਹੀਂ। ਇਹ ਜਿਹੜੀ ਸਮਾਧ ਹੈ ਜੀ ਬਾਬਾ ਭਗਤ ਸਿੰਘ ਜੀ ਦੀ ਹੈ, ਬਾਬਾ ਜੀ ਦੇ ਦੱਸਣ ਮੁਤਾਬਕ ਇੱਥੇ ਇਹਨਾਂ ਨੇ ਭਗਤੀ ਕੀਤੀ ਸੀਗੀ, ਅਤੇ ਇਸ ਤੋਂ ਅੱਗੇ ਜਾ ਕੇ ਫਿਰ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਅੜੀਸਰ ਸਾਹਿਬ। ਬੀਬੀਆਂ ਭੈਣਾਂ ਦੇ ਅੜੇ ਹੋਏ ਕੰਮ ਇੱਥੇ ਲੋਟ ਹੁੰਦੇ ਆ, ਤਾਂ ਹੀ ਇੰਨੀ ਸ਼ਰਧਾ ਨਾਲ ਲਾਈਨ 'ਚ ਲੱਗੀਆਂ ਹੋਈਆਂ ਖੜੀਆਂ। ਅਤੇ ਆ ਜਾਓ ਆਪਾਂ ਕਰਾਉਂਦੇ ਹਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ। ਇੱਧਰਲੇ ਪਾਸੇ ਗੁਰੂ ਤੇਗ ਬਹਾਦਰ ਜੀ ਦੀ ਫੋਟੋ ਲੱਗੀ ਹੋਈ ਹੈ, ਅਤੇ ਇੱਥੇ ਘਿਓ ਚੜ੍ਹਦਾ, ਇੱਥੇ ਲੋਕ ਮੱਥਾ ਟੇਕ ਕੇ ਫਿਰ ਅੰਦਰ ਗੁਰਦੁਆਰਾ ਸਾਹਿਬ 'ਚ ਜਾਂਦੇ ਨੇ। ਦੇਖ ਲਓ ਜੀ ਸੰਗਤਾਂ ਦੁਨੀਆ ਦਰਸ਼ਨ ਕਰਨ ਆਉਂਦੀ ਹੈ, ਅੜੇ ਹੋਏ ਕੰਮ ਦੁਨੀਆ ਦੇ ਦੂਰ ਹੁੰਦੇ ਨੇ ਭਾਈ, ਸਾਰੇ ਲੋਕ ਦਰਸ਼ਨ ਮੇਲੇ ਕਰਕੇ ਇੱਥੇ ਬੈਠ ਕੇ ਚੌਂਕੀਆਂ ਭਰਦੇ ਆ। ਪਰਲੇ ਪਾਸੇ ਗੁਰਦੁਆਰਾ ਸਾਹਿਬ ਦੀ ਇਮਾਰਤ ਨਵੀਂ ਬਣ ਰਹੀ ਹੈ, ਇੱਥੇ ਛੋਟਾ ਜਿਹਾ ਸਰੋਵਰ ਵੀ ਬਣਿਆ ਹੋਇਆ ਜੀ, ਲੋਕ ਇਸ਼ਨਾਨ ਕਰਦੇ ਨੇ। ਬਾਬਾ ਜੀ ਨੇ ਅਨਾਊਂਸਮੈਂਟ ਕੀਤੀ ਹੈ ਵੀ ਅਰਦਾਸਾਂ ਬੰਦ ਕਰਤੀਆਂ ਗਰਮੀ ਦੇ ਕਾਰਨ, ਕਈ ਬੀਬੀਆਂ ਅਰਦਾਸ ਦੇ ਮੌਕੇ ਫਿਰ ਗਰਮੀ ਕਾਰਨ ਚੱਕਰ ਚੁੱਕਰ ਆ ਜਾਂਦਾ ਸੀ, ਉਹਦੇ ਕਰਕੇ ਫਿਰ ਹੁਣ ਸਾਰਿਆਂ ਦੀ ਇਕੱਠੀ ਅਰਦਾਸ ਕਰਨ ਲੱਗ ਗਏ। ਬਾਬਾ ਜੀ ਕਹਿੰਦੇ ਵੀ ਇਕੱਲੇ ਇਕੱਲੇ ਦੀ ਅਰਦਾਸ ਕਰਨ ਦਾ ਟਾਈਮ ਵੀ ਨਹੀਂ ਹੁੰਦਾ ਕਿਉਂਕਿ ਸੰਗਤ ਜ਼ਿਆਦਾ ਹੋ ਗਈ, ਇਸ ਕਰਕੇ ਬਾਬਾ ਜੀ ਨੇ ਅਨਾਊਂਸਮੈਂਟ ਕੀਤੀ ਹੈ ਵੀ ਭਾਈ ਅਰਦਾਸ ਬਾਰੇ ਨਾ ਕਹੋ, ਸਾਰੀ ਅਰਦਾਸ ਸਰਬੱਤ ਦੇ ਭਲੇ ਲਈ ਇਕੱਠੀ ਕਰ ਦਿੰਦੇ। ਹੁਣ ਲੰਗਰਾਂ ਦੀ ਸੇਵਾ ਆਈ ਜਾਂਦੀ ਹੈ, ਜਿੱਦਾਂ ਜਿੱਦਾਂ ਲੋਕ ਜਿਹੜਾ ਕੁਛ ਤਿਲ ਫੁੱਲ ਭੇਟਾ ਲੈ ਕੇ ਆਉਂਦੇ ਉਹ ਇੱਥੇ ਥੈਲਿਆਂ ਦੇ ਵਿੱਚ ਦੁੱਧ ਆਟਾ ਜੋ ਵੀ ਦਾਲਾਂ ਵਗੈਰਾ ਆਉਂਦੀਆਂ ਸਾਰੀਆਂ ਇੱਥੇ ਜਮ੍ਹਾਂ ਆਉਂਦੀਆਂ। ਇਹ ਪਿਛਲੇ ਪਾਸੇ ਲੰਗਰ ਹਾਲ ਬਣਿਆ ਹੋਇਆ ਵਧੀਆ, ਇਹਦੀ ਤਿਆਰੀ ਚੱਲ ਰਹੀ ਹੈ। ਇਹ ਮਾਰਕੀਟ ਹੈ ਜੀ ਗੁਰਦੁਆਰਾ ਸਾਹਿਬ ਦੇ ਅੱਗੇ, ਕਹਿੰਦਾ ਸਿਰਫ ਬੋਲਣਾ ਹੀ ਹੈ,
ਮੈਨੂੰ ਐਂ ਦੱਸ ਦੇ ਵੀ ਜਿਹੜੀ ਸੰਗਤ ਆਉਂਦੀ ਹੈ ਤਾਂ ਉਹ ਕਿਹੜੇ ਚੌਂਕ 'ਚ ਉਤਰੇ ਹੰਡਾਇਆ ਚੌਂਕ ਉਤਰੇ ਉੱਥੋਂ ਆਟੋ ਫੜੇ ਸਿੱਧਾ ਗੁਰਦੁਆਰੇ ਸਾਹਿਬ ਕਿੰਨਾ ਕਿਰਾਇਆ ਲੈਂਦੇ ਨੇ 20 ਰੁਪਏ ਸਵਾਰੀ 20 ਰੁਪਏ ਸਵਾਰੀ ਐਤਵਾਰ ਨੂੰ 10 ਰੁਪਏ ਸਵਾਰੀ ਉੱਥੋਂ ਹੀ ਫੇਰ ਹੰਡਾਇਆ ਚੌਂਕ ਇੱਧਰਲੇ ਪਾਸੇ ਕਿਹੜਾ ਪਿੰਡ ਹੈ ਜਿਹੜੇ ਪਿੰਡ ਦਾ ਗੁਰਦੁਆਰਾ ਸਾਹਿਬ ਹੈ ਧੌਲੇ ਦਾ ਤੇ ਇੱਧਰ ਹੰਡਾਇਆ ਦਾ ਠੀਕ ਹੈ ਤੇ ਮੈਂ ਇਸ ਟਾਈਮ ਹੈਗਾ ਜੀ ਹੰਡਿਆਇਆ ਪਿੰਡ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਡਿਆਇਆ ਤੇ ਜਿਹੜਾ ਇੱਥੋਂ ਮੇਰੇ ਸਾਹਮਣੇ ਤੋਂ ਰੋਡ ਆ ਜਾਂਦਾ ਹੈ ਇਹ ਜਾਂਦਾ ਮਾਨਸੇ ਨੂੰ ਆਂਟੀ ਮਿਲੀ ਸੀ ਨਾਲ ਸਾਡੇ ਬੈਠ ਗਈ ਸੀ ਉੱਥੋਂ ਗੁਰਦੁਆਰਾ ਸਾਹਿਬ ਤੋਂ ਉਹਨੇ ਦੱਸਿਆ ਵੀ ਇੱਧਰ ਵੀ ਗੁਰਦੁਆਰਾ ਸਾਹਿਬ ਹੈ ਇੱਕ ਗੁਰੂ ਤੇਗ ਬਹਾਦਰ ਜੀ ਦਾ ਅਤੇ ਉਹ ਮੈਂ ਤੁਹਾਨੂੰ ਦਿਖਾਉਣਾ ਅਤੇ ਆਹ ਜਿਹੜਾ ਰੋਡ ਇੱਧਰ ਲੰਘਿਆ ਇਹ ਹੰਡਿਆਏ ਵਾਲਾ ਰੋਡ ਸੀਗਾ ਸੱਚ ਮਾਨਸੇ ਵਾਲਾ ਰੋਡ ਸੀਗਾ ਇਸ ਟਾਈਮ ਹੰਡਿਆਇਆ ਪਿੰਡ 'ਚ ਮੈਂ ਜਿਹੜਾ ਤੁਹਾਨੂੰ ਅੱਡਾ ਦੱਸਿਆ ਸੀ ਵੀ ਜਿੱਥੋਂ ਆਟੋ ਜਾਂਦੇ ਨੇ 20 ਰੁਪਏ ਲੈਂਦੇ ਨੇ ਗੁਰਦੁਆਰਾ ਸਾਹਿਬ ਅੜੀਸਰ ਸਾਹਿਬ ਅਤੇ ਆਹ ਬੋਰਡ ਲੱਗਿਆ ਹੋਇਆ ਇਹ ਮੈਂ ਤੁਹਾਨੂੰ ਗੁਰਦੁਆਰੇ ਦਾ ਇਤਿਹਾਸ ਪੜ੍ਹ ਕੇ ਸੁਣਾਉਂਦਾ ਕਿੱਦਾਂ ਕੀ ਲਿਖਿਆ ਹੋਇਆ ਅਤੇ ਤੁਸੀਂ ਵੀ ਪੜ੍ਹ ਸਕਦੇ ਹੋ ਮਾਲਵੇ ਦੀ ਫੇਰੀ ਦੌਰਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਿੰਡ ਮਾਲੋਵਾਲ ਸੇਖਾਂ ਕੱਟੂ ਫਰਵਾਈ ਤੋਂ ਹੰਡਿਆਇਆ ਵਿਖੇ ਪਹੁੰਚੇ ਇਸ ਪਿੰਡ ਵਿੱਚ ਤਪਾਲੀ ਨਾਮ ਦੀ ਬਿਮਾਰੀ ਫੈਲੀ ਹੋਈ ਸੀ ਪਿੰਡ ਦੀ ਸੰਗਤ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਇਸ ਬਿਮਾਰੀ ਤੋਂ ਛੁਟਕਾਰਾ ਦਿਵਾਓ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਇਸ ਛੱਪੜ ਵਿੱਚ ਇਸ਼ਨਾਨ ਕਰਨ ਨਾਲ ਬਿਮਾਰੀ ਹਟ ਜਾਵੇਗੀ ਪਹਿਲਾਂ ਗੁਰੂ ਜੀ ਆਪ ਇਸ਼ਨਾਨ ਕੀਤਾ ਅਤੇ ਵਰ ਦਿੱਤਾ ਜੋ ਇਸ ਛੱਪੜ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਸਦੇ ਸਭ ਦੁੱਖ ਦੂਰ ਹੋ ਜਾਣਗੇ ਗੁਰੂ ਸਾਹਿਬ ਜੀ ਦਾ ਆਗਮਨ ਪੁਰਬ 27-28-29 ਪੋਹ ਨੂੰ ਮਨਾਇਆ ਜਾਂਦਾ ਹੈ ਗੁਰੂ ਸਾਹਿਬ ਜੀ ਇਸ ਗੁਰਦੁਆਰਾ ਸਾਹਿਬ ਗੁਰੂ ਸਰ ਕੱਚਾ ਹੁੰਦੇ ਹੋਏ ਗੁਰਦੁਆਰਾ ਅੜੀ ਸਾਹਿਬ ਪਹੁੰਚੇ ਦਾਸ ਮੈਨੇਜਰ ਗੁਰੂ ਸਰ ਪਾਤਸ਼ਾਹੀ ਨੌਵੀਂ ਹੰਡਿਆਇਆ ਬਰਨਾਲਾ ਅਤੇ ਆਪਾਂ ਹੁਣ ਚੱਲਦੇ ਹਾਂ ਗੁਰੂ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਦੇਖਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਨਾਲੇ ਤੁਹਾਨੂੰ ਵੀ ਕਰਾਉਂਦੇ ਹਾਂ ਕਿੱਦਾਂ ਅਲੀਸ਼ਾਨ ਗੇਟ ਗੁਰੂ ਸਾਹਿਬ ਦੇ ਗੁਰਦੁਆਰਾ ਸਾਹਿਬ ਦਾ ਬਣਿਆ ਹੋਇਆ ਕਮਾਲ ਦੀ ਗੱਲ ਤਾਂ ਇਹ ਆ ਵੀ ਸੰਗਤ ਉੱਥੇ ਜਾਂਦੀ ਹੈ ਅੜੀਸਰ ਸਾਹਿਬ ਇੱਥੇ ਸੰਗਤ ਆਉਂਦੀ ਨਹੀਂ ਮੱਥਾ ਟੇਕਣ ਹੈ ਇੱਕੋ ਪਿੰਡ ਦੇ ਗੁਰਦੁਆਰਾ ਸਾਹਿਬ ਦੋਨੇ ਅਤੇ ਕੱਚਾ ਗੁਰੂ ਸਰ ਅਤੇ ਪੱਕਾ ਗੁਰੂ ਸਾਹਿਬ ਨਹੀਂ ਤਾਂ ਤੁਹਾਨੂੰ ਦੋਨਾਂ ਦੇ ਦਰਸ਼ਨ ਕਰਾ ਦਿੰਦੇ ਵੀਡੀਓ ਲੰਬੀ ਹੋ ਜਾਣੀ ਹੈ ਪਰ ਅਸੀਂ ਫਿਲਹਾਲ ਤੁਹਾਨੂੰ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ ਬੀਬੀ ਹੋਣੀ ਅੰਦਰ ਮੱਥਾ ਟੇਕਣ ਗਈਆਂ ਹੋਈਆਂ ਅਤੇ ਉੱਨੀ ਦੇਰ ਮੈਂ ਵੀਡੀਓ ਬਣਾ ਲਿਆ ਆ ਗੁਰੂ ਤੇਗ ਬਹਾਦਰ ਜੀ ਸਭ ਤੋਂ ਪਹਿਲਾਂ ਇਸ ਪਿੰਡ 'ਚ ਇਸ ਗੁਰਦੁਆਰਾ ਸਾਹਿਬ 'ਚ ਆਏ ਸੀ ਇਸ ਤੋਂ ਬਾਅਦ ਕੱਚਾ ਗੁਰੂ ਸਰ ਗਏ ਫਿਰ ਉਸ ਤੋਂ ਬਾਅਦ ਅੜੀਸਰ ਸਾਹਿਬ ਗਏ ਹਾਂ ਅਤੇ ਇਹ ਉਹ ਗੁਰਦੁਆਰਾ ਸਾਹਿਬ ਹੈ ਆਲੀਸ਼ਾਨ ਇਮਾਰਤ ਅਤੇ ਇਹਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਸਰੋਵਰ ਬਣਿਆ ਹੋਇਆ ਜਿੱਥੇ ਉਹ ਬਿਮਾਰੀ ਦਾ ਗੁਰੂ ਸਾਹਿਬ ਨੇ ਪਿੰਡ ਦੇ ਲੋਕਾਂ ਨੂੰ ਇਸ਼ਨਾਨ ਕਰਾ ਕੇ ਇਲਾਜ ਕੀਤਾ ਸੀ ਮੱਛੀਆਂ ਵੀ ਨੇ ਫਿਸ਼ਾਂ ਵੀ ਇਸ ਸਰੋਵਰ ਦੀ ਇੰਨੀ ਮਹਾਨਤਾ ਹੈ ਕੀ ਕਹਿੰਦੇ ਸੀ ਸੱਚ ਬਾਬਾ ਜੀ ਦੂਰ ਹੋ ਜਾਂਦੇ ਨੇ ਹਾਂ ਇਹੋ ਜਿਹੀ ਬਿਮਾਰੀ ਸੀ ਜਦ ਕਿ ਇੱਥੇ ਚਮੜਾ ਰੰਗਣ ਵਾਲਿਆਂ ਦਾ ਪਾਣੀ ਆਉਂਦਾ ਤਾਂ ਇਹ ਸਰੋਵਰ 'ਚ ਅੱਛਾ ਵੀ ਲੋਕ ਡਰਦੇ ਨਹਾ ਨਹੀਂ ਤੇ ਰਹੇ ਕਹਿੰਦੇ ਗੁਰੂ ਜੀ ਨੇ ਕਿਹਾ ਤਾਂ ਵੀ ਛੱਪੜੀ 'ਚ ਨਹਾਓ ਤੁਹਾਡਾ ਰੋਗ ਦੂਰ ਹੋਊ ਫਿਰ ਲੋਕ ਡਰਦੇ ਤੇ ਵੀ ਇੱਥੇ ਤਾਂ ਇੰਨਾ ਗੰਦਾ ਪਾਣੀ ਅਸੀਂ ਕਿਵੇਂ ਨਹਾ ਲਈਏ ਵੀ ਚਮੜੇ ਦਾ ਪਾਣੀ ਆਉਂਦਾ ਇੱਥੇ ਗੰਦਾ ਠੀਕ ਹੈ ਫਿਰ ਗੁਰੂ ਜੀ ਨੇ ਆਪ ਗੁਰੂ ਤੇਗ ਬਹਾਦਰ ਜੀ ਨੇ ਆਪ ਇਸ਼ਨਾਨ ਕੀਤਾ ਤਾਂ ਫਿਰ ਲੋਕ ਉਹਨਾਂ ਦੇ ਮਗਰ ਇਸ਼ਨਾਨ ਕਰਨ ਲੱਗੇ ਤਾਂ ਕਿ ਫਿਰ ਉਹਨਾਂ ਦਾ ਜਿਹੜਾ ਰੋਗ ਸੀ ਉਹ ਦੂਰ ਹੋ ਗਿਆ ਠੀਕ ਹੈ ਇਹ ਹੈ ਜੀ ਹੰਡਿਆਇਆ ਕੈਂਚੀਆਂ ਦਾ ਬੱਸ ਸਟੈਂਡ ਜਿੱਥੋਂ ਲੋਕ ਇੱਥੇ ਬੱਸ ਉਤਰਦੇ ਆ ਅਤੇ ਆਟੋ ਇੱਥੋਂ ਜਾਂਦੇ ਆ ਗੁਰਦੁਆਰਾ ਸਾਹਿਬ ਨੂੰ ਅਤੇ ਉਹ ਸਾਹਮਣੇ ਗੇਟ ਹੈ ਗੁਰੂ ਤੇਗ ਬਹਾਦਰ ਜੀ ਦੇ ਅਤੇ ਇੱਧਰ ਨੂੰ ਇਹ ਸਿੱਧਾ ਹੰਡਿਆਏ ਜਾਂਦਾ ਰੋਡ ਅਤੇ ਅੱਗੇ ਤੋਂ ਵੀ ਮੁੜਦਾ ਜਿਹੜਾ ਅੱਗੇ ਬਣਿਆ ਹੋਇਆ ਰਸਤਾ ਅਤੇ ਦੋਨਾਂ ਪਾਸੇ ਤੋਂ ਤੁਸੀਂ ਜਾ ਸਕਦੇ ਆ ਇੱਥੋਂ ਆਟੋ ਜਾਂਦੇ ਆ ਆ ਸਾਰੀ ਸੰਗਤ ਗੁਰਦੁਆਰਾ ਸਾਹਿਬ ਤੋਂ ਹੀ ਆ ਰਹੀ ਹੈ ਅਤੇ ਜਾ ਰਹੀ ਹੈ ਇੱਥੇ ਆਹ ਆਟੋ ਵਾਲਾ ਅੱਡਾ ਅਤੇ ਇੱਧਰਲੇ ਪਾਸੇ ਹੈਗਾ ਧਨੌਲਾ ਅਤੇ ਆਹ ਇੱਧਰ ਜਾਂਦਾ ਬਰਨਾਲੇ ਨੂੰ ਰੋਡ ਅਤੇ ਇੱਧਰ ਆ ਜਾਂਦਾ ਬਠਿੰਡੇ ਨੂੰ ਅਤੇ ਹੁਣ ਆਪਾਂ ਚੱਲਦੇ ਹਾਂ ਵਾਪਸ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ 'ਤੇ ਅਤੇ ਮਿਲਦੇ ਹਾਂ ਕਿਸੇ ਹੋਰ ਅਗਲੀ ਵਧੀਆ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ